ਸਾਡੇ ਨੌਜਵਾਨ ਬਜ਼ੁਰਗ ਮਾਤਾਵਾਂ ਭੈਣਾਂ ਉੱਥੇ ਹਾਜ਼ਰੀ ਭਰ ਰਹੇ ਨੇ, ਸੰਘਰਸ਼ ਲੜ ਰਹੇ ਨੇ ਅਤੇ ਉਹਨਾਂ ਦੇ ਲਈ ਇਹ ਗਜਰੇਲਾ ਬਣਾਇਆ ਗਿਆ ਸਾਡੇ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ। ਅਤੇ ਸਾਡੇ ਪਿੰਡੋਂ ਟਰਾਲੀਆਂ ਜਿਸ ਦਿਨ ਦਾ ਇਹ 26 ਤਰੀਕ ਤੋਂ ਚੱਲਿਆ ਤਾਂ ਉਸ ਦਿਨ ਦੀਆਂ ਟਰਾਲੀਆਂ ਜਾ ਰਹੀਆਂ ਉੱਥੇ, ਅਸੀਂ ਵੀ ਜਾ ਕੇ ਆਏ ਹਾਂ। ਅਤੇ ਜਾਣੀ ਕਿ ਦੂਜੇ ਤੀਜੇ ਦਿਨ ਦੇ ਫਰਕ ਸੰਨ ਛੱਡ ਕੇ ਹਰ ਰੋਜ਼ ਸਾਡੇ ਪਿੰਡ 'ਚੋਂ ਟਰਾਲੀ ਜਾਂਦੀ ਆ, ਬਰਨਾਲੇ ਧਰਨਾ ਲੱਗਦਾ, ਉੱਥੇ ਵੱਧ ਤੋਂ ਵੱਧ ਸੰਗਤ ਜਾਂਦੀ ਹੈ। ਦੇਖੋ ਜੀ, ਜੇ ਮਹੀਨਾ ਹੋ ਗਿਆ ਚਾਹੇ 6 ਮਹੀਨੇ ਹੋਰ ਲੱਗ ਜਾਣ, ਅਸੀਂ ਇਹ ਬਿੱਲ ਜਿਹੜੇ ਰੱਦ ਕਰਵਾ ਕੇ ਹੀ ਹਟਾਂਗੇ, ਚਾਹੇ ਇਸ ਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਜਾਂ ਕੋਈ ਵੀ ਸੰਘਰਸ਼ ਲੜਨਾ ਪਵੇ ਤਾਂ ਲੜਾਂਗੇ। ਜੋ ਵੀ ਸਾਡੇ ਉੱਥੇ ਬਜ਼ੁਰਗ ਜਾਂ ਮਾਤਾਵਾਂ ਭੈਣਾਂ ਭਰਾ ਬੈਠੇ ਨੇ, ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਉੱਥੇ ਆਉਣ ਦੇਵਾਂਗੇ। ਜੋ ਸਾਡੇ ਨਗਰ ਵੱਲੋਂ ਸਹਿਯੋਗ ਬਣਦਾ ਹੋਊਗਾ ਤਾਂ ਉਹ ਜ਼ਰੂਰ ਕਰਾਂਗੇ। ਇਹ ਜਿਹੜਾ ਦੁੱਧ ਇਕੱਠਾ ਕਰਿਆ ਜੀ ਅਸੀਂ ਲੋਸਮੈਂਟ ਕਰਕੇ ਪਿੰਡ ਦੇ ਵਿੱਚ, ਅਸੀਂ ਘਰ ਘਰ ਨੂੰ ਹੁੱਕਾ ਦਿੱਤਾ ਵੀ ਜਿੰਨਾ ਵੱਧ ਤੋਂ ਵੱਧ ਸਹਾਇਤਾ ਕਰ ਸਕਦੇ ਦੁੱਧ ਦੀ, ਤੁਸੀਂ ਦੁੱਧ ਵੱਧ ਤੋਂ ਵੱਧ ਸਾਡੀ ਸਾਂਝੀ ਸੱਥ ਆ ਵੀ ਇੱਥੇ ਪਹੁੰਚਦਾ ਕਰੋ, ਤਾਂ ਜੋ ਅਸੀਂ ਕਿਸਾਨੀ ਦੀ ਖਾਤਰ ਖੋਆ ਕੱਢ ਕੇ ਉਹਨਾਂ ਦੀ ਖਾਤਰ ਲੈ ਸਕੀਏ। ਸਾਡੇ ਪਿੰਡ ਨੇ ਸਾਥ ਦਿੱਤਾ ਜੀ, ਪਿੰਡ ਨੇ ਵੱਧ ਤੋਂ ਵੱਧ ਦੁੱਧ ਡੈਰੀਆਂ ਪਾਉਣ ਦੀ ਬਜਾਏ ਜਿੰਨਾ ਦੁੱਧ ਸੀ ਡੈਰੀ ਦੇ, ਕਿਸੇ ਡੈਰੀ ਦੇ ਦੁੱਧ ਨਹੀਂ ਗਿਆ ਜੀ, 4 ਦਿਨ ਖੋਆ ਕੱਢਿਆ, 4 ਦਿਨ ਦੁੱਧ ਇੱਥੇ ਆਉਂਦਾ ਰਿਹਾ, ਉਹ ਦੁੱਧ ਜ਼ਿਆਦਾਤਰ ਇਕੱਠਾ ਹੋਣ ਕਰਕੇ ਅਸੀਂ ਨੇਪਰੇ ਚਾੜਿਆ ਜੀ, ਕੰਮ ਇਹ ਸਿਰੇ ਲਾਤਾ ਜੀ, ਅਸੀਂ ਸਾਰਾ ਸਮਾਨ ਤਿਆਰ ਕਰ ਲਿਆ, ਗਰੇਲਾ ਬਣਾ ਲਿਆ ਜੀ, ਹੁਣ ਅਸੀਂ ਦਿੱਲੀ ਜਾ ਰਹੇ ਹਾਂ ਜੀ ਕੱਲ੍ਹ ਨੂੰ ਉਹਨਾਂ ਦੀ ਖਾਤਰ। ਜਿੰਨੇ ਦਿਨ ਉੱਥੇ ਇਕੱਲੇ ਇਕੱਲੇ ਬਾਰਡਰ 'ਤੇ ਜਾ ਕੇ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਇਹ ਪਹੁੰਚਦਾ ਕਰਨਾ ਜੀ। ਜੇਕਰ ਗੱਲ ਕਰੀਏ ਕਿੰਨਾ ਕੁ ਦੁੱਧ ਇਕੱਠਾ ਹੋਇਆ ਜੀ, ਕਿੰਨਾ ਕੁ ਗਜਰੇਲਾ ਤੁਸੀਂ ਲੈ ਕੇ ਜਾਓ? ਇਹ ਜੀ ਜਿਹੜਾ ਮੰਨ ਕੇ ਚੱਲੋ ਜੀ, ਦੁੱਧ ਤਾਂ ਡੇਲੀ ਹੋ ਜਾਂਦਾ ਸੀ, ਕਦੇ 4 ਕੁਇੰਟਲ ਕਦੇ 3 ਕੁਇੰਟਲ, ਉਹਦੇ ਖੋਏ ਦਾ ਐਸਟੀਮੇਟ ਲਾ ਸਕਦੇ ਵੀ ਅਸੀਂ ਖੋਆ ਮੰਨ ਕੇ ਚੱਲੋ ਸਾਰੇ ਦੁੱਧ 'ਚੋਂ 6 ਕੁਇੰਟਲ 7 ਕੁਇੰਟਲ ਇਕੱਲਾ ਖੋਆ ਕੱਢਿਆ ਜੀ। ਗਜਰੇਲਾ ਹੁਣ ਮੰਨ ਕੇ ਚੱਲੋ ਜੀ 20-22 ਕੁਇੰਟਲ ਦੇ ਤਕਰੀਬਨ ਹੋ ਗਿਆ ਜੀ, ਉਹ 'ਚ ਗਾਜਰਾਂ ਪੈ ਗਈਆਂ ਜੀ 14-15 ਕੁਇੰਟਲ, ਤਾਂ ਖੰਡ ਲਾ ਲਓ ਜੀ ਮੰਨ ਕੇ ਚੱਲੋ, ਜਿਵੇਂ ਜਿਵੇਂ ਕਾਜੂ ਵਗੈਰਾ ਹੋਰ ਜਿਹੜੀ ਆਈਟਮ ਪੈਣੀ ਸੀ ਸਾਰਾ ਵਧੀਆ ਚੱਲ ਕਰਿਆ ਜੀ। ਹੁਣ 3 ਕਾਲੇ ਕਾਨੂੰਨ ਸਰਕਾਰ ਨੇ ਪਾਸ ਕੀਤੇ ਆ, ਉਹਨੂੰ ਮੱਦੇਨਜ਼ਰ ਰੱਖਦੇ ਸਾਡੇ ਪੰਜਾਬ ਦੇ ਮੇਰੇ ਵੀਰ ਭੈਣਾਂ ਮਾਈਆਂ ਸਾਡੀਆਂ ਸਾਡੇ ਯੋਧੇ ਜਿਹੜੇ ਅੱਜ ਦਿੱਲੀ ਬਾਰਡਰਾਂ 'ਤੇ ਬੈਠੇ ਨੇ, ਠੰਡ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਖੋਆ ਤਿਆਰ ਕੀਤਾ। ਇਹਨਾਂ ਨੇ ਸਾਡੇ ਸਾਰੇ ਪਿੰਡ ਦੇ ਨੌਜਵਾਨ ਵੀਰਾਂ ਨੇ, ਸਾਰੇ ਪਿੰਡ ਨੇ ਰਲ ਕੇ, ਸਾਰੀਆਂ ਕਿਸਾਨ ਯੂਨੀਅਨ, ਸਾਰੀਆਂ ਜਥੇਬੰਦੀਆਂ, ਸਾਰੇ ਕਲੱਬਾਂ ਨੇ ਨਾਲ ਰਲ ਕੇ ਇੰਨਾ ਸਹਿਯੋਗ ਪਾ ਕੇ ਖੋਆ ਤਿਆਰ ਕੀਤਾ। ਗਾਜਰਾਂ ਦਾ ਫਿਰ ਇਹਨਾਂ ਨੇ ਗਾਜਰ ਪਾਕ ਬਣਾਇਆ। ਜਦੋਂ ਦਿੱਲੀ ਲੈ ਕੇ ਗਏ ਇਹਨੂੰ ਗਰਮ ਕਰਕੇ ਡਿਸਪੋਜ਼ਬਲ ਕੌਲੀਆਂ 'ਚ, ਇਹਦੀਆਂ ਕੋਈ ਪਿੰਨੀਆਂ ਨਹੀਂ ਬਟਣੀਆਂ, ਇਹਨੂੰ ਗਰਮ ਕਰ ਕਰਕੇ ਉੱਥੇ ਉਹਨਾਂ ਨੂੰ ਠੰਡ 'ਚ ਸਾਡੇ ਯੋਧੇ ਜਿਹੜੇ ਉੱਥੇ ਅੱਜ ਜੂਝ ਰਹੇ ਆ ਉਹਨਾਂ ਲਈ ਇਹ ਤਿਆਰ ਕੀਤਾ। 22-23 ਕੁਇੰਟਲ ਗਜਰੇਲਾ ਹੈਗਾ, ਇਹਨੂੰ ਟਰਾਲੀਆਂ 'ਚ ਹੀ ਜਾਣਗੇ, ਇਹ ਟਿਕਰੀ ਬਾਰਡਰ 'ਤੇ ਜਾਊਗਾ ਅਤੇ ਇਹਨੂੰ ਡਿਸਪੋਜ਼ਬਲ ਕੌਲੀਆਂ 'ਚ ਪਾ ਕੇ ਉੱਥੇ ਸਾਡੇ ਪਹਿਲਾਂ ਵੀ ਸਾਡੇ ਪਿੰਡ ਦੇ ਉੱਥੇ ਪਤਵੰਦੇ ਸੱਜਣ ਗਏ ਹੋਏ ਨੇ ਅਤੇ ਉੱਥੇ ਗਰਮ ਕਰਕੇ ਇਹਨੂੰ ਡਿਸਪੋਜ਼ਬਲ ਕੌਲੀਆਂ 'ਚ ਪਾ ਕੇ ਇਹਨੂੰ ਵੰਡਿਆ ਜਾਊ। ਪਿੰਡ 'ਚੋਂ ਇਕੱਠਾ ਕੀਤਾ, ਸਾਰੇ ਪਿੰਡ ਦਾ ਬਹੁਤ ਵੱਡਾ ਯੋਗਦਾਨ ਆ, ਸਾਡੇ ਖਾਸ ਕਰ ਸਾਡੇ ਨੌਜਵਾਨ ਵੀਰਾਂ ਦਾ, ਜਿਹੜੇ ਜਿਨ੍ਹਾਂ ਨੂੰ ਕੇਂਦਰ ਦੀਆਂ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਸੀ ਪੰਜਾਬ ਨੂੰ ਬਦਨਾਮ ਕਰਨ 'ਤੇ, ਪੰਜਾਬ ਦੀ ਜਵਾਨੀ ਨੂੰ ਬਦਨਾਮ ਕਰਨ 'ਤੇ ਜ਼ੋਰ ਲੱਗਿਆ ਹੋਇਆ ਸੀ ਵੀ ਨਸ਼ੇੜੀ ਆ, ਪੰਜਾਬ ਨਸ਼ੇੜੀ ਬਣ ਗਿਆ, ਉੜਤਾ ਪੰਜਾਬ। ਆ ਸਾਡੇ ਸਾਰੇ ਨੌਜਵਾਨ ਮੁੰਡੇ ਬੈਠੇ ਨੇ, ਇਹਨਾਂ 'ਚੋਂ ਕੋਈ ਵੀ ਨਸ਼ੇ ਵਾਲਾ, ਇਹਨਾਂ ਨੇ ਅੱਜ ਸਾਬਤ ਕਰਤਾ ਅਸੀਂ ਨਸ਼ੇੜੀ ਨਹੀਂ, ਅਸੀਂ ਯੋਧੇ ਹਾਂ ਪੰਜਾਬ। ਇਹ ਆਪਣੇ ਜਿਹੜੇ ਕਿਸਾਨੀ ਵਿਰੁੱਧ 3 ਕਾਨੂੰਨ ਬਿੱਲ ਪਾਸ ਹੋਏ ਨੇ ਜੀ, ਇਹ ਇਹਨਾਂ ਦੀ ਜੋ ਇਹਨਾਂ ਨੂੰ ਰੱਦ ਕਰਾਉਣ ਦੇ ਵਿੱਚ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਜੀ ਕਿਸਾਨੀ ਧਰਨੇ 'ਤੇ, ਪਹਿਲਾਂ ਪੰਜਾਬ ਦੇ ਵਿੱਚ ਹੁਣ ਦਿੱਲੀ ਦੇ ਵਿੱਚ ਜੋ ਧਰਨੇ 'ਤੇ ਬੈਠੇ ਨੇ ਜੀ, ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਤੇ ਉਹਨਾਂ ਦੀ ਖਾਤਰ ਅਸੀਂ ਸਾਰੇ ਪਿੰਡ ਨੇ ਸਹਿਯੋਗ ਦੇ ਨਾਲ ਜੀ ਦੁੱਧ ਦੇ ਨਾਲ ਪਹਿਲਾਂ ਖੋਆ ਤਿਆਰ ਕੀਤਾ ਜੀ ਅਤੇ ਫਿਰ ਗਾਜਰ ਪਾਕ ਤਿਆਰ ਕਰਨ ਦੇ ਵਿੱਚ ਸਹਿਯੋਗ ਦਿੱਤਾ। ਉਹਨਾਂ ਦੀ ਮਜ਼ਬੂਤੀ ਦੀ ਖਾਤਰ, ਉਹਨਾਂ ਦੀ ਹੌਸਲਾ ਅਫਜਾਈ ਦੀ ਖਾਤਰ ਜੀ, ਜੋ ਯੋਧੇ ਨੇ ਜੀ ਅਤੇ ਉਹਨਾਂ ਦੀ ਖਾਤਰ ਅਸੀਂ ਇਹ ਸਾਰਾ ਕੁਛ ਤਿਆਰ ਕੀਤਾ ਜੀ। ਕੇਂਦਰ ਦੇ ਵੱਲੋਂ ਜਿਹੜੇ 3 ਕਾਨੂੰਨ ਸਾਡੇ ਕਿਸਾਨਾਂ ਲਈ ਬਣਾਏ ਗਏ ਆ, ਜਿਹੜੇ ਖਾਸ ਕਰ ਸਾਡੇ ਕਿਸਾਨ ਵਿਰੋਧੀ ਨੇ, ਮਜ਼ਦੂਰ ਵਿਰੋਧੀ ਨੇ, ਉਹ ਕਾਨੂੰਨਾਂ ਦੀ ਖਾਤਰ ਜਿਹੜੇ ਸਾਡੇ ਨੌਜਵਾਨ ਭਰਾ ਲਾ ਲਓ, ਉੱਥੇ ਬਜ਼ੁਰਗ ਹੋਰ ਮਾਤਾ ਸਾਡੀਆਂ ਭੈਣਾਂ ਬੈਠੀਆਂ ਨੇ ਇੰਨੀ ਕੜਕਦੀ ਠੰਡ ਦੇ ਵਿੱਚ, ਅਸੀਂ ਉਹਨਾਂ ਦੇ ਲਈ ਇਹ ਖੋਆ ਬਣਾ ਕੇ ਲਿਜਾਣ ਦਾ, ਗਜਰੇਲਾ ਬਣਾ ਕੇ ਲਿਜਾਣ ਦਾ ਉਪਰਾਲਾ ਕੀਤਾ। ਇੱਕ ਸਾਡਾ ਇਹ ਨਿੱਕਾ ਜਿਹਾ ਉਪਰਾਲਾ ਗਾ, ਜਿਹੜੇ ਉੱਥੇ ਇੰਨੀ ਠੰਡ ਦੇ ਵਿੱਚ ਬੈਠੇ ਨੇ, ਅਸੀਂ ਉਹਨਾਂ ਲਈ ਜਿੰਨਾ ਬਣਦਾ ਯੋਗਦਾਨ ਅਸੀਂ ਆਪਣੇ ਰੂਪ ਦੇ ਵਿੱਚ ਆਪਣੇ ਪਿੰਡੋਂ ਨੌਜਵਾਨਾਂ ਨੇ ਦੁੱਧ ਇਕੱਠਾ ਕੀਤਾ, ਖੋਆ ਬਣਾਇਆ, ਗਜਰੇਲਾ ਬਣਾਇਆ। 4-5 ਦਿਨ ਹੋ ਗਏ ਸਾਨੂੰ ਮੁੰਡਿਆਂ ਨੂੰ ਲੱਗਿਆਂ ਨੂੰ, ਜਿੰਨੇ ਸਾਰੇ ਇਹ ਨੌਜਵਾਨ ਲੱਗੇ ਹੋਏ ਸੀਗੇ, ਅਤੇ ਬਹੁਤ ਵਧੀਆ ਇਹਨਾਂ ਨੇ ਪਿੰਡ ਦੇ ਵਿੱਚ ਦੁੱਧ ਇਕੱਠਾ ਕਰਕੇ, ਕੁਛ ਸਾਡੇ ਨਾਲ ਦੇ ਪਿੰਡ ਭੋਤਨਿਆਂ ਤੋਂ ਆਇਆ, ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਉਪਰਾਲਾ ਕੀਤਾ ਗਿਆ ਜੀ। ਇਹ ਜਿਹੜਾ ਕੋਲੇ ਦਾ ਵੇਟ 20 ਤੋਂ ਲੈ ਕੇ 25 ਕੁਇੰਟਲ ਦੇ ਦਰਮਿਆਨ ਹੋਊਗਾ ਜੀ, 23-24 ਕੁਇੰਟਲ ਲਾ ਲਓ। ਇਹ ਜਿਹੜਾ ਉੱਥੇ ਅਸੀਂ ਜਾ ਰਹੇ ਹਾਂ ਟਿੱਕਰੀ ਬਾਰਡਰ 'ਤੇ, ਬਾਕੀ ਉੱਥੇ ਜਾ ਕੇ ਸਾਨੂੰ ਪਤਾ ਲੱਗੂ ਵੀ ਕੀ ਅਸਲੀ ਸਿਸਟਮ ਕੀ ਆ ਜੀ।